कदे लांबा नहीं तां कहने यार भाई तू माड़ी सलाह दे दित्ती जां चंगी सलाह ने कहने आख्या भाई भाई वेखो मेरी गल सुनो जिहड़ी दुनियादारी आ हना इहदे च जदों कोई भी बंदा इक टंबे तों दूजे टंबे दे पैर धरदा पौड़ी दे ते विच तेरे सज्जन मित्र भी आ दुश्मन भी आ सो पहला बाई जी जिहड़े विरोधी आ उहनां दा भी तहि दिलों धन्नवाद भी विरोध भी जिवें उह सुखपाल कह रहे ने आख्या हना कहिंदा विरोध भी उहनां दा ही हुंदा जिन्हां च कोई गल्लबात हुंदी आ नहीं कद नपुंसक बंदे दे विरोध दुश्मन कदे नहीं होए है ना जिहड़े ने अगे गोडे टेक लैने हरेक गल ते उहदे कदे दुश्मन नहीं खड़े हुंदे सो बाई जी सच्चियां गल्लां उवें रहिण दिओ जिवें आपां सुनाई जांदे आ कोई चक्कर नहीं आपां नूं बहुत ऑडियंस दा प्यार आ कम फुल चलदा वधिया हाँ जी बाई जी परमात्मा दे हुक्म नाल भी ਇਹੋ ਜਿਹਾ ਕੋਈ ਦਿਨ ਹੀ ਨਹੀਂ ਹੋਣਾ ਜਿੱਦੇ ਆਪਾਂ ਨੂੰ ਕੋਈ 100-150 ਬੰਦਾ ਮਿਲਣ ਨਾ ਆਇਆ ਹੋਵੇ ਭਾਵੇਂ ਮੇਰੇ ਪਿੰਡ 'ਚੋਂ ਪਤਾ ਕਰ ਲਿਓ ਆਪਣੇ ਬਾਹਰ 'ਚ ਮੇਲਾ ਹੀ ਲੱਗਿਆ ਰਹਿੰਦਾ ਅੱਛਾ ਗੁਰਪ੍ਰੀਤ ਯਾਰ ਇੰਨੀਆਂ ਗੱਲਾਂ ਬਈ ਆਉਂਦੀਆਂ ਕਿਥੋਂ ਢਿੱਡ 'ਚੋਂ ਨਿਕਲਦੀਆਂ ਕਿਵੇਂ ਆਪਣੇ ਕਹਿੰਦੇ ਨਾ ਨਹੀਂ ਨਹੀਂ ਬਾਈ ਇਹ ਬਸ ਕੋਈ ਕੋਈ ਕੁਦਰਤ ਕੰਨਗੋ ਮਹਾਰਾਜ ਕੰਨਗੋ ਹੀ ਆਪਾਂ ਨੂੰ ਉਹ ਆ ਜਿਵੇਂ ਆਹ ਦਿੰਦੇ ਬਲ ਬਖਸ਼ਿਆ ਹਨਾ ਬਸ ਇਹ ਅੱਜ ਦੀ ਗੱਲ ਨਹੀਂ ਬਾਈ ਪਹਿਲਾਂ ਤੋਂ ਹੀ ਆਪਾਂ ਗੱਲਾਂ ਸੁਣਾਉਣ 'ਚ ਪਹਿਲਾਂ ਤੋਂ ਐਕਸਪਰਟ ਹਾਂ ਅੱਛਾ ਬਈ ਬਸ ਪਹਿਲਾਂ ਆਪਾਂ ਆਖ ਦਿੰਦੇ ਸੀਗੇ ਯਾਰ ਬਈ ਹਨਾ ਕੀ ਆ ਫਿਰ ਉਹ ਹੌਲੀ ਹੌਲੀ ਭਰਾਵਾਂ ਦੀ ਸਪੋਰਟ ਹੁੰਦੀ ਗਈ ਹਨਾ ਤੇਰੇ ਮੇਰੇ ਅਰਗਿਆਂ ਦੀ ਉਹ ਕਹਿੰਦੇ ਯਾਰ ਵੀ ਦੁਨੀਆ 'ਚ ਵਿਚਰ ਆਪਾਂ ਉਵੇਂ ਬਾਈ ਜੀ ਵਿਚਰਦੇ ਆਉਣੇ ਆ ਕਈ ਮੈਨੂੰ ਆਉਂਦੇ ਆ ਤੂੰ ਪਾਰਟੀ ਬਾਜੀ 'ਤੇ ਬੋਲ ਪੈਂਦਾ ਤੂੰ ਕਿਸੇ ਪਾਰਟੀ ਦਾ ਬੰਦਾ ਹਨਾ ਮੈਨੂੰ ਜ਼ਿਆਦਾ ਲੋਕ ਆਖਦੇ ਤੂੰ ਕਾਲੀਆਂ ਦਾ ਬੰਦਾ ਬਾਈ ਜੀ ਮੇਰੀ ਕਿਸੇ ਪਾਰਟੀ ਨਾਲ ਕਿਸੇ ਨਾਲ ਵੀ ਨਹੀਂ ਲੈਣ ਦੇਣ ਅੱਛਾ ਹਾਂ ਪਰ ਮੈਨੂੰ ਲੀਡਰ ਹਰੇਕ ਪਿਆਰ ਕਰਦਾ ਬਹੁਤ ਲੀਡਰਾਂ ਨੇ ਮੈਨੂੰ ਫੋਨ ਹੁਣ ਤਾਂ ਕਲਿੱਪ ਜੀ ਕੱਟ ਕੇ ਤੁਹਾਡੀ ਮਿਲ ਅਕਾਲੀ ਦਲ ਵਾਲੇ ਪਾਈ ਬੈਠੇ ਸੀ ਹੁਣ ਤਾਂ ਸੁਖਬੀਰ ਬਾਦਲ ਨੇ ਵੀ ਆਪਦੇ ਤੇ ਉਧਰ ਰਾਜਾ ਵਿੰਗ ਵੀ ਪਾਈ ਬੈਠਾ ਸੀ ਉਹ ਕਹਿੰਦਾ ਮੈਨੂੰ ਮੁੱਖ ਮੰਤਰੀ ਬਣਾ ਜੀ ਹਾਂ ਜੀ ਨਹੀਂ ਆਪਣਾ ਬਾਈ ਜੀ ਵੇਖੋ ਆਪਾਂ ਕਾਮ ਸੁਧਾਰਨ ਕਰਨ ਦੇ ਤੀ ਪੋਤਾ ਹਨਾ ਉਹੀ ਆਪਣਾ ਵੇਖੋ ਤੁਸੀਂ ਮੇਰੀ ਗੱਲ ਸੁਣੋ ਮੈਨੂੰ ਕਦੇ ਵੀ ਘਰੇ ਕੋਈ ਵੀ ਛਾਪਾ ਮਾਰ ਕੇ ਵੇਖ ਸਕਦਾ ਉਵੇਂ ਮੈਂ ਤੁਹਾਨੂੰ ਕੰਮ ਕਰਦਾ ਹੀ ਮਿਲੂੰਗਾ ਇਹ ਨਹੀਂ ਵੀ ਜਦੋਂ ਹੁਣ ਮੈਂ ਜਾਂਦਾ ਹਨਾ ਪਿੰਡ ਅੱਗੇ ਵੀ ਆਪਾਂ ਕੰਮ ਧੰਦੇ ਜਾਂਦੇ ਹਾਂ ਮੇਰਾ ਢਾਣੀ 'ਚ ਘਰ ਆ ਬਾਈ ਜੀ ਮੈਨੂੰ ਕਈ ਆਉਂਦੇ ਯਾਰ ਜੱਟਾ ਤੂੰ ਗੱਲ ਨਹੀਂ ਬਣੀ ਤੂੰ ਚਿੱਟੇ ਪਾ ਕੇ ਤੇ ਬਗਲਾ ਬਣ ਕੇ ਰਿਹਾ ਕਰ ਵੇਖੋ ਬਾਈ ਜੀ ਪਹਿਲਾਂ ਵੀ ਉਵੇਂ ਸੀ ਅੱਜ ਵੀ ਉਵੇਂ ਆ ਹਨਾ ਲੋਕਾਂ ਦਾ ਪਿਆਰ ਆ ਜਿਹੜੇ ਚਿਹਰੇ ਨੂੰ ਲੋਕਾਂ ਨੇ ਆਹ ਸਾਦੇ ਲਿਬਾਸ ਨੂੰ ਪਿਆਰ ਦਿੱਤਾ ਉਵੇਂ ਹੀ ਰਹੂ ਤੁਹਾਡਾ ਭਰਾ ਅੱਛਾ ਹਾਂਜੀ ਹਾਂਜੀ ਮੈਂ ਬਾਈ ਜੀ ਬਠਿੰਡੇ ਮੇਲੇ ਤੇ ਗਿਆ ਉਹੀ ਉਵੇਂ ਚੱਪਲਾਂ 'ਚ ਉੱਠ ਗਿਆ ਕਈ ਮੈਨੂੰ ਆਖਣ ਯਾਰ ਤੂੰ ਉਹ ਐਕਸ਼ਨ ਦੇ ਬੂਟ ਕੋਈ ਅਖੇ ਰੀਬੋਕ ਦੇ ਪਾ ਬਾਈ ਜੀ ਆਪਾਂ ਐਡੇ ਹੈ ਨਹੀਂ ਨਾ ਤਾਂ ਪਹਿਲਾਂ ਤੋਂ ਟੌਰ ਕੱਢਿਆ ਅਤੇ ਨਾ ਹੀ ਕੱਢਣਾ ਜੇ ਘੋੜੀਆਂ ਦੇ ਮੇਲੇ 'ਤੇ ਜਾਈਏ ਉੱਥੇ ਬੇਸ਼ੱਕ ਚਿੱਟੇ ਚੰਗੇ ਕੱਪੜੇ ਅਤੇ ਪੈਰਾਂ 'ਚ ਚੰਗੀ ਫਾਜ਼ਿਲਕਾ ਦੀ ਜਾਂ ਮਲੋਟ ਦੀ ਜੁੱਤੀ ਪਾ ਕੇ ਉੱਠ ਜਾਈਏ ਖੋਸੇ ਕਹਿੰਦੇ ਆ ਜਿਹਨੂੰ ਪੰਜਾਬੀ 'ਚ ਕਿਉਂ ਬਾਈ ਮੇਰਾ ਪਹਿਲਾਂ ਤੋਂ ਹੀ ਪੰਜਾਬੀ ਪਹਿਰਾਵਾ ਰਿਹਾ ਅੱਛਾ ਮੈਂ ਅੱਜ ਤੱਕ ਆਪਦੀ ਜ਼ਿੰਦਗੀ 'ਚ ਇਕੱਲੇ ਇੱਕ ਜਿੱਤੇ ਆਪਣੀ ਪਾਰਟੀ ਪੰਜਾਬੀ 'ਚ ਹੁਣ ਮੈਂ ਪੰਜਾਬੀ ਚੱਲੂੰਗਾ ਕਿਉਂ ਮੈਂ ਜਾਣਦਾ ਮੈਂ ਇੰਗਲਿਸ਼ ਵੀ ਹਾਂ ਰਿਸੈਪਸ਼ਨ ਆਦੇ ਹੁੰਦੇ ਆ ਪਾਰਟੀ ਉਹ ਵਿਆਹ ਵਾਲੇ ਦਿਨ ਉਹਦੇ ਜਿੱਤੇ ਰਿਸੈਪਸ਼ਨ ਸੀਗਾ ਉਹਦੇ ਮੇਰੇ ਦੇ ਬਟ ਮੈਂ ਆਪਦੇ ਘਰ ਵਾਲੀ ਦੀ ਨਹੀਂ ਮੰਨੀ ਅੱਛਾ ਉਹ ਮੈਨੂੰ ਪਹਿਲਾਂ ਵੀ ਆਦੇ ਦੀਦੀ ਤੂੰ ਸ਼ੇਰਵਾਨੀ ਪਾ ਕੇ ਆਈ ਆ ਮੈਂ ਉਹਨੂੰ ਇਹੀ ਗੱਲ ਆਖੀ ਸੀਗੀ ਮੈਂ ਕਿਹਾ ਵੀ ਉਵੇਂ ਰਹੂੰ ਸਾਦੇ ਲਿਬਾਸ 'ਚ ਅੱਛਾ ਆਪਣਾ ਬਾਈ ਜੀ ਜਿਹੜਾ ਮੈਰਿਜ ਹੋਈ ਹੈ ਨਾ ਉਹ ਵੀ ਚਿੱਟੇ ਕੱਪੜਿਆਂ 'ਚ ਹੀ ਪਾ ਕੇ ਆਪਾਂ ਕੁੜਤੇ ਵੀ ਆਮੇ ਜੀ ਹਾਂਜੀ 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 ਤੇ ਰਿਸੈਪਸ਼ਨ ਵਾਲੇ ਦਿਨ ਉਹਦੇ ਵੀ ਰਿਸੈਪਸ਼ਨ ਵਾਲੇ ਦਿਨ ਬਾਈ ਜੀ ਮੇਰੇ ਤੇ ਦਬਾਅ ਵਾਲਾ ਪੈ ਗਿਆ ਭਰਾ ਭਰਜਾਈਆਂ ਦਾ ਅੱਛਾ ਉਹ ਇੱਕ ਪਾਸੇ ਹੋ ਗਏ ਉਧਰੋਂ ਸਰਦਾਰਨੀ ਦੀਆਂ ਵੋਟਾਂ ਬਾਹਲੀਆਂ ਹੋ ਗਈਆਂ ਫਿਰ ਉਹ ਜਿਵੇਂ ਆਦੇ ਹੁੰਦੇ ਆ ਹਨਾ ਵੀ ਇਲੈਕਸ਼ਨ ਹਾਰ ਜਾਂਦੇ ਆ ਉੱਤੇ ਜਾ ਇਲੈਕਸ਼ਨ ਹਾਰਿਆ ਸੀਗਾ ਅੱਛਾ ਉੱਤੇ ਬਾਈ ਉਹਨਾਂ ਨੇ ਮੇਰੇ ਪੈਂਟ ਸ਼ਰਟ ਪਵਾ ਦਿੱਤੀ ਤੇ ਮੈਨੂੰ ਇੰਨੀ ਕੁ ਸੰਗ ਆਈ ਯਾਰ ਹਨਾ ਵੀ ਮੈਂ ਬਹਿ ਤਾਂ ਗਿਆ ਅੱਛਾ ਪਰ ਮੈਂ ਆਖਾਂ ਯਾਰ ਬਈ ਆਪਾਂ ਵਿਆਹ ਨਹੀਂ ਕਰਾਉਣਾ ਸੀਗਾ ਆਹ ਪਛਤਾਵਾ ਵੀ ਗਲਤ ਹੋ ਗਿਆ ਵੀ ਇਹ ਤਾਂ ਕੰਮ ਟੇਡਾ ਹੋ ਗਿਆ ਪਰ ਉਹ ਇੱਕ ਗੱਲ ਆ ਵੀ ਉਹਦੇ ਨਹੀਂ ਫਿਰ ਉਹਦੇ ਫਿਰ ਕਸੇ ਨਹੀਂ ਲੱਗਿਆ ਵੀ ਯਾਰ ਅੱਜ ਨਹੀਂ ਬਈ ਉਹਦੇ ਆਪਾਂ ਨੂੰ ਬਸ ਮੈਂ ਗੱਲ ਜੀ ਬਣੀ ਨਹੀਂ ਪਾ ਜ਼ਰੂਰ ਲਏ ਸੀ ਕੱਪੜੇ ਅੱਛਾ ਬਸ ਉਹਦੇ ਆਪਾਂ ਸ਼ਾਮ ਨੂੰ ਸਮਝਾਤਾ ਸੀਗਾ ਮੈਂ ਕਿਹਾ ਵੀ ਨਾ ਤਾਂ ਅੱਜ ਤੱਕ ਆਪਾਂ ਕਿਸੇ ਦੇ ਦਬਾਅ 'ਚ ਰਹੇ ਹਾਂ ਅੱਛਾ ਤੇ ਨਾ ਦਬਾਅ ਜਾਂ ਪਾਈ ਤੇ ਮਗਰੋਂ ਵੇਚਦੀ ਤੈਨੂੰ ਪਤਾ ਮਗਰੋਂ ਪਾਉਣ ਜੇ ਨੂੰ ਵੀ ਕਰ ਦਿੰਦਾ ਕਈ ਵਾਰੀ ਗੱਲ ਟੇਢੀ ਮੇਢੀ ਵੀ ਹੋ ਜਾਂਦੀ ਹੈ ਜੀ ਕੋਈ ਚੱਕਰ ਨਹੀਂ ਤੇਰੇ ਭਰਾ ਨੇ ਉਵੇਂ ਚੱਲਿਆ ਜਿਵੇਂ ਹੈਗਾ ਉਵੇਂ ਚੱਲਿਆ ਹਾਂਜੀ ਹਾਂਜੀ ਤੇ ਫਿਰ ਕੋਈ ਉਹ ਤੋਂ ਬਾਹਰ ਆਏ ਤਾਂ ਨਹੀਂ ਹੋਇਆ ਕਿਤੇ ਗੁੱਸੇ ਗੱਸੇ ਤਾਂ ਨਹੀਂ ਹੋਗੀ ਕੋਈ ਚੱਕਰ ਨਹੀਂ ਜੇ ਹੋ ਗਈ ਤਾਂ ਪ੍ਰਮਾਤਮਾ ਹੁਣ ਤਾਂ ਚਲੋ ਵਧੀਆ 11-12 ਸਾਲ ਹੋ ਗਏ ਵਿਆਹ ਨੂੰ ਗੁੱਸੇ ਹੋਣ ਵਾਲਾ ਟਾਈਮ ਟੱਪ ਗਿਆ ਅੱਛਾ ਉਹ ਤਾਂ ਉਹਦੇ ਹੀ ਹੁੰਦਾ ਕਿਹੜਾ ਸਾਲ ਕੀ ਹੁੰਦਾ ਮੋਹ ਪਿਆਰ ਜਾ ਉਦੋਂ ਬਾਹਲਾ ਵਿਖਾਉਂਦੀਆਂ ਹਨਾ ਹੁਣ ਠੀਕ ਹੈ ਕੰਮ ਨਹੀਂ ਨਹੀਂ ਹਾਂ ਵਧੀਆ ਬਾਈ ਪਹਿਲਾਂ ਤੁਸੀਂ ਆਪਣਾ ਵਧੀਆ ਕਰੋ